ਗੁਰਦਾਸ ਮਾਨ ਨੇ ਜਿਹੜਾ ਮਾਂ ਬੋਲੀ ਨਾਲ ਧਰੋਕ ਮਾਇਆ ਉਹਦੀ ਦੁਨੀਆਂ ਭਰ ਚ ਨਿੰਦਿਆ ਹੋ ਰਹੀ ਆ। ਸਾਡੀ ਸਾਰੇ ਗਾਇਕਾਂ ਨੂੰ ਲੇਖਕਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਘੱਟੋ ਘੱਟ ਜਿਹੜੀ ਵੀ ਤੁਹਾਡੀ ਮਾਂ ਬੋਲੀ ਆ ਉਹਦੇ ਪ੍ਰਤੀ 100% ਸਿਰਦ ਰਹੋ, ਸਮਰਪਿਤ ਰਹੋ। ਇਹ ਕਿਸੇ ਤਰ੍ਹਾਂ ਆਸਾਨ ਨਹੀਂ ਆਪਾਂ ਕਰ ਰਹੇ। ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਜਿੱਥੇ ਹਿੰਦੀ ਭਾਸ਼ਾ ਦਾ ਪੱਖ ਪੂਰਦੇ ਨਜ਼ਰ ਆ ਰਹੇ ਨੇ, ਉੱਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਵੱਲੋਂ ਗੁਰਦਾਸ ਮਾਨ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਸਮਰਪਿਤ ਰਹਿਣ ਦੀ ਨਸੀਹਤ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਡਾਕਟਰ ਰੂਪ ਸਿੰਘ ਨੇ ਕਿਹਾ ਹੈ ਕਿ ਗੁਰਦਾਸ ਮਾਨ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਗਈ ਹੈ, ਜਿਸ ਦੇ ਗੁਰਦਾਸ ਮਾਨ ਪੰਜਾਬੀਆਂ ਤੋਂ ਮਾਫ਼ੀ ਮੰਗੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਵੀ ਨੀਵੀਂ ਦਰਸਾਉਣ ਵਾਲਾ ਪੰਜਾਬੀ ਨਹੀਂ ਹੋ ਸਕਦਾ। ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਜਿਹੜਾ ਮਾਂ ਬੋਲੀ ਨਾਲ ਧਰੋਕ ਮਾਇਆ ਉਹਦੀ ਦੁਨੀਆਂ ਭਰ ਚ ਨਿੰਦਿਆ ਹੋ ਰਹੀ ਆ, ਦੁਨੀਆਂ ਭਰ ਚ ਉਹਦਾ ਵਿਰੋਧ ਹੋ ਰਿਹਾ। ਸਾਨੂੰ ਸਾਡੀ ਸਾਰੇ ਗਾਇਕਾਂ ਨੂੰ ਲੇਖਕਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਘੱਟੋ ਘੱਟ ਜਿਹੜੀ ਵੀ ਤੁਹਾਡੀ ਮਾਂ ਬੋਲੀ ਆ ਉਹਦੇ ਪ੍ਰਤੀ 100% ਸਿਰਦ ਰਹੋ, ਸਮਰਪਿਤ ਰਹੋ। ਇਹ ਕਿਸੇ ਤਰ੍ਹਾਂ ਆਸਾਨ ਨਹੀਂ ਆਪਾਂ ਕਰ ਰਹੇ। ਜ਼ਿਕਰਯੋਗ ਹੈ ਕਿ ਕੈਨੇਡਾ ਸ਼ੋਅ ਦੌਰਾਨ ਮਾਨ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਹਰ ਪਾਸੇ ਤੋਂ ਨਿੰਦਾ ਹੋ ਰਹੀ ਹੈ। ਉੱਥੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਪੰਜਾਬੀ ਲੇਖਕ ਤੇਜਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਦੇ ਪਿੱਠ 'ਚ ਛੁਰਾ ਮਾਰਿਆ ਹੈ। ਇੰਨਾ ਹੀ ਨਹੀਂ, ਤੇਜਵੰਤ ਮਾਨ ਨੇ ਗੁਰਦਾਸ ਮਾਨ 'ਤੇ ਤਿੱਖੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਗੁਰਦਾਸ ਮਾਨ ਨੇ ਸਾਰੀ ਉਮਰ ਪੰਜਾਬੀ ਬੋਲੀ ਨੂੰ ਕਰੋੜਾਂ ਰੁਪਏ ਕਮਾਏ ਨੇ, ਪਰ ਹੁਣ ਉਸਦਾ ਦਿਮਾਗ ਹਿੱਲ ਗਿਆ। ਇੱਦਾਂ ਦੀ ਭਾਸ਼ਾ ਵਰਤੂਗਾ ਹੈ ਜੀ? ਅਤੇ ਆਪ ਸਾਡਾ ਤਾਂ ਇੱਕ ਮੇਰਾ ਵਿਚਾਰ ਹੈ ਕਿ ਜਿਵੇਂ ਹੰਸ ਰਾਜ ਹੰਸ ਪੰਜਾਬ ਦਾ ਹੁੰਦਾ ਹੋਇਆ RSS ਨਾਲ ਲੜ ਗਿਆ ਅਤੇ ਉਹਨਾਂ ਦਾ ਮੈਂਬਰ ਪਾਰਲੀਮੈਂਟ ਬਣ ਗਿਆ, ਵਿਕ ਗਿਆ, ਅਤੇ ਉਹਨੇ ਇਹ ਗੱਲ ਕਹੀ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਨਾਮ ਮੋਦੀ ਯੂਨੀਵਰਸਿਟੀ ਰੱਖਿਆ ਜਾਵੇ। ਇਸ ਤਰ੍ਹਾਂ ਕੱਲ੍ਹ ਨੂੰ ਇਹ ਵੀ ਜਾਊਗਾ, ਇਹਨੂੰ ਵੀ ਖਰੀਦ ਲੈਣਗੇ ਉਹ, ਕਿ ਉਹਨਾਂ ਤਾਂ ਇਹੋ ਜਿਹੇ ਬੰਦੇ ਚਾਹੀਦੇ ਨੇ। ਬਿਲਕੁਲ ਹਾਂ, ਬਿਲਕੁਲ ਗੁਰਦਾਸ ਮਾਨ, ਮੇਰਾ ਤਾਂ ਇਹ ਹੈ ਕਿ ਉਹ ਚੋਣ ਲੜੂਗਾ ਹੁਣ ਭਾਜਪਾ ਦੀ ਸੀਟ 'ਤੇ, ਭਾਜਪਾ ਨੂੰ ਟਿਕਟ ਦੇਊਗਾ। ਸੋ ਇਸ ਕਰਕੇ ਉਹ ਜੀ ਸਦ ਕੇ ਚੋਣ ਲੜੇ, ਪਰ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਉਹਦੀ ਬੋਲੀ ਹੈ, ਜਿਹੜਾ ਉਹ ਬੋਲਦਾ, ਅਸੀਂ ਉਹਨੂੰ ਪੂਰੀ ਤਰ੍ਹਾਂ ਖੰਡਨ ਕਰਦੇ ਹਾਂ, ਉਹਦਾ ਵਿਰੋਧ ਕਰਦੇ ਹਾਂ, ਔਰ ਅਸੀਂ ਇਹ ਨਾਰਾ ਦੇਵਾਂਗੇ ਪੰਜਾਬੀਆਂ ਨੂੰ ਕਿ ਉਹਦਾ ਬਾਈਕਾਟ ਕੀਤਾ ਜਾਵੇ। ਤੂੰ ਪੰਜਾਬੀਆਂ ਦੇ ਘਰਾਂ 'ਚ ਪੰਜਾਬੀਆਂ ਦੇ ਜੰਨਾਂ 'ਚ ਜਾਣਾ, 10 ਲੱਖ ਰੁਪਏ ਤੋਂ ਵੱਧ ਘੱਟਾ ਤੂੰ ਲੈਂਦਾ ਨਹੀਂ, ਹਵਾਈ ਜਹਾਜ਼ 'ਤੇ ਆਉਣਾ। ਉਧਰ ਦੂਜੇ ਪਾਸੇ ਵਿਦੇਸ਼ਾਂ 'ਚ ਸ਼ੋਅ ਦੌਰਾਨ ਗੁਰਦਾਸ ਮਾਨ ਨੂੰ ਪੰਜਾਬੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਗੁਰਦਾਸ ਮਾਨ ਵੱਲੋਂ ਕੈਨੇਡਾ ਦੇ ਰੇਡੀਓ 'ਤੇ ਇੰਟਰਵਿਊ ਦੌਰਾਨ ਇਹ ਕਿਹਾ ਗਿਆ ਕਿ ਜਦੋਂ ਅਸੀਂ ਹਿੰਦੀ ਫਿਲਮਾਂ ਦੇਖ ਸਕਦੇ ਹਾਂ ਤਾਂ ਫਿਰ ਪੂਰੇ ਦੇਸ਼ 'ਚ ਹਿੰਦੀ ਲਾਗੂ ਹੋਣ ਨਾਲ ਕੀ ਫਰਕ ਪੈਂਦਾ ਹੈ। ਇੰਨਾ ਹੀ ਨਹੀਂ, ਮਾਨ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਮਾਂ ਦਾ ਖਿਆਲ ਰੱਖ ਸਕਦੇ ਹਾਂ ਤਾਂ ਮਾਸੀ ਦਾ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਹੈ। ਜਿਸ ਤੋਂ ਬਾਅਦ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਵੱਲੋਂ ਮਾਂ ਦਾ ਡਟਵਾਂ ਵਿਰੋਧ ਕਰਕੇ ਲਾਂਤਾਂ ਪਾਈਆਂ ਜਾ ਰਹੀਆਂ ਨੇ। ਬਿਊਰੋ ਰਿਪੋਰਟ, ਸਪੋਕਸਮੈਨ TV।